ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਤੁਸੀਂ ਜੁੜੇ ਹੋ ਸੋਲਰ ਟੈਕਨੀਕਲ ਯੂਟਿਊਬ ਚੈਨਲ ਪੰਜਾਬੀ ਡੈਰੀਮੈਨ ਸੋਲਰ ਦੇ ਨਾਲ। ਇਹ 7.5 ਹੌਸ ਪਾਵਰ ਦਾ ਸਿਸਟਮ ਹੈ। 335 ਵਾਟ ਦੇ 24 ਪੈਨਲ ਲੱਗੇ ਨੇ। ਲੁਧਿਆਣੇ ਦੇ ਦਰਿਆਈ ਏਰੀਏ 'ਚ ਸਿਸਟਮ ਲੱਗਿਆ ਹੈ। INVT ਦੀ ਫੋਟੋਵੋਲਟਿਕ ਡਰਾਈਵ ਲੱਗੀ ਹੈ ਅਤੇ ਪੈਰਾਮੀਟਰ ਸੈਟਿੰਗ ਕਰਕੇ ਸਿਸਟਮ ਨੂੰ ਚੱਲਦਾ ਕੀਤਾ ਹੈ। 41 ਫ੍ਰੈਕੰਸੀ ਚੱਲਦੀ ਪਈ ਹੈ। 406 ਵੋਲਟ DC ਦੇ ਆਉਂਦੇ ਪਏ ਨੇ। 260 ਵੋਲਟ ਕੰਜ਼ਿਊਮ ਕਰਕੇ 4.5 ਅੰਪੇਅਰਾਂ ਅਤੇ 4.25 RPM ਦੇ ਮੋਟਰ ਚੱਲਦੀ ਪਈ ਹੈ। ਇੰਨੀ ਗਰਮੀ ਦੇ ਵਿੱਚ 45-47 ਟੈਂਪਰੇਚਰ ਦੇ ਵਿੱਚ ਵੀ ਮੋਟਰ ਜਿਹੜੀ ਹੈ ਬਹੁਤ ਵਧੀਆ 4 ਇੰਚੀ ਪ੍ਰੈਸ਼ਰ ਕੱਢਦੀ ਪਈ ਹੈ। ਜਿਹੜੇ ਸੋਲਰ ਪੈਨਲ ਹੁੰਦੇ ਨੇ ਉਹ 22-28 ਡਿਗਰੀ ਦੇ ਵਿੱਚ ਵਧੀਆ ਪਰਫੋਰਮੈਂਸ ਦਿੰਦੇ ਨੇ, ਪਰ ਜਿੰਨੀ ਗਰਮੀ ਇਸ ਟਾਈਮ ਪੈਣ ਡਈ ਹੈ ਇਹਦੇ ਹਿਸਾਬ ਨਾਲ ਵੀ ਬਹੁਤ ਵਧੀਆ ਪਰਫੋਰਮੈਂਸ ਆਉਂਦੀ ਪਈ ਹੈ ਇਸ ਸਿਸਟਮ ਦੀ। ਸੋਲਰ ਸਿਸਟਮ ਨੂੰ, ਸੋਲਰ ਮੋਟਰ ਨੂੰ ਚੱਲਣ ਵਾਸਤੇ ਜਿਹੜੀ ਇਲੈਕਟ੍ਰੀਸਿਟੀ ਪੈਨਲ ਪੈਦਾ ਕਰਦੇ ਨੇ ਉਹਦੇ ਲਈ ਉਹਨਾਂ ਨੂੰ ਸਿਰਫ ਧੁੱਪ ਦੀ ਲੋੜ ਹੁੰਦੀ ਹੈ, ਚਾਨਣ ਦੀ ਲੋੜ ਹੁੰਦੀ ਹੈ, ਗਰਮੀ ਦੀ ਲੋੜ ਨਹੀਂ ਹੁੰਦੀ। ਜ਼ਿਆਦਾ ਗਰਮੀ ਜ਼ਿਆਦਾ ਟੈਂਪਰੇਚਰ ਐਫੀਸ਼ੈਂਸੀ 'ਤੇ ਫਰਕ ਪਾਉਂਦਾ ਹੈ। ਪੈਨਲ ਹੀਟ ਹੋਣ ਨਾਲ ਵੋਲਟ ਅਤੇ ਅੰਪੇਅਰ ਘੱਟ ਬਣਦੇ ਨੇ, ਪਰ ਫਿਰ ਵੀ ਸਿਸਟਮ ਬਹੁਤ ਵਧੀਆ ਚੱਲਦਾ ਪਿਆ। ਤੁਹਾਡੇ ਵੀ ਕੋਈ ਸੋਲਰ ਸਿਸਟਮ ਲੱਗਾ ਹੈ, INVT, ਲੂਬੀ, ਕਰਮਟਨ, ਕੋਈ ਵੀ ਡਰਾਈਵ ਲੱਗੀ ਹੈ, ਕੋਈ ਵੀ ਉਹਦੇ ਵਿੱਚ ਐਰਰ ਆਉਂਦਾ, ਦਿੱਕਤ ਆਉਂਦੀ ਹੈ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ ਹੈ 98145-7-12-11। ਪੈਰਾਮੀਟਰ ਸੈਟਿੰਗ ਦੀ ਸਰਵਿਸ ਪੇਡ ਹੈ। ਸਰਵਿਸ ਦੇ ਚਾਰਜਸ ਲਏ ਜਾਣਗੇ, ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਤੁਹਾਨੂੰ ਮਿਲੇਗਾ। ਕਿਸੇ ਵੀ ਪੁਰਾਣੇ ਸੋਲਰ ਸਿਸਟਮ ਦੀ ਰਿਪੇਅਰ ਕਰਵਾਉਣ ਵਾਸਤੇ ਅਤੇ ਨਵਾਂ ਸੋਲਰ ਸਿਸਟਮ ਲਵਾਉਣ ਵਾਸਤੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ 'ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ, ਵੀਡੀਓ ਨੂੰ ਲਾਈਕ ਕਰ ਲਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਦਾ ਬਟਨ ਦੱਬ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਜੁੜੇ ਰਹੋ ਸਾਡੇ ਨਾਲ, ਵਿੰਦੇ ਰਹੋ ਸੋਲਰ ਟੈਕਨੀਕਲ ਯੂਟਿਊਬ ਚੈਨਲ ਪੰਜਾਬੀ ਡੈਰੀਮੈਨ ਸੋਲਰ।